ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਜਿੱਥੇ 5 ਸਾਲਾਂ ਦੇ 마ਸੂਮ ਬੱਚੇ ਨੂੰ ਇਸ ਤਰ੍ਹਾਂ ਮਿਲੀ ਦਰਦਨਾਕ ਮੌਤ ਲੋਕਾਂ ਚੋਂ ਪਈ ਦਹਿਸ਼ਤ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ 5 ਸਾਲਾਂ ਦੇ ਮਾਸੂਮ ਬੱਚੇ ਦੀ ਇਸ ਤਰ੍ਹਾਂ ਦਰਦਨਾਕ ਮੌਤ ਹੋਈ ਹੈ ਜਿਸ ਨੂੰ ਵੇਖ ਕੇ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੜਨਾ ਕੰਨਾਂ ਤੋਂ ਅਦੀਨ ਆਉਣ ਵਾਲੇ ਪਿੰਡ ਬਾਹੂ ਮਾਦਰਾ ਤੋਂ ਸਾਹਮਣੇ ਆਈ ਹੈ ਜਿੱਥੇ ਮਜ਼ਦੂਰੀ ਕਰਨ ਦੇ ਲਈ ਬਿਹਾਰ ਤੋਂ ਆਏ ਇੱਕ ਪ੍ਰਵਾਸੀ ਮਜ਼ਦੂਰ ਦੇ ਇੱਕ 5 ਸਾਲਾ ਬੱਚੇ ਨੂੰ ਕੁੱਤਿਆਂ ਦੇ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਕੜਨਾ ਦੇ ਵਿੱਚ ਜਿੱਥੇ ਬੱਚੇ ਦੀ ਮੌਤ ਹੋ ਗਈ ਉੱਥੇ ਹੀ ਇਲਾਕੇ ਦੇ ਵਿੱਚ ਇਹਨਾਂ ਕੁੱਤਿਆਂ ਦੇ ਕਾਰਨ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਇਸ ਹਾਦਸੇ ਦੇ ਕਾਰਨ ਬੱਚੇ ਦੇ ਪਰਿਵਾਰ ਦਾ ਰੋ ਰੋ ਕੇ ਬੁਲਾਹਾਲਾ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ-ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦਾ ਪਰਿਵਾਰ ਕੰਮ ਦੀ ਪਾਲ ਵਿੱਚ ਬਿਹਾਰ ਤੋਂ ਆ ਕੇ ਬਾਹੂ ਮਾਜਰਾ ਵਿੱਚ ਕੰਮ ਕਰ ਰਿਹਾ ਜਿੱਥੇ ਬੱਚੇ ਦੇ ਦਾਦਾ-ਦਾਦੀ ਕੰਮ ਕਰਨ ਦੇ ਲਈ ਪਿੰਡ ਵਿੱਚ ਗਏ ਹੋਏ ਸਨ ਉਹ ਉੱਥੇ ਹੀ ਉਹ ਆਪਣੇ ਪੋਤੇ ਨੂੰ ਵੀ ਨਾਲ ਲੈ ਕੇ ਜਿਸ ਸਮੇਂ ਕੰਮ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਵੱਲੋਂ ਬੱਚੇ ਦਾ ਚੀਕ ਚਿਹਾੜੇ ਦੀ ਆਵਾਜ਼ ਸੁਣੀ ਗਈ ਜਦੋਂ ਦੇਖਿਆ ਤਾਂ ਕੁੱਤਿਆਂ ਨੇ ਇੱਕ ਝੁੰਡ ਜਿਹੜਾ ਬੱਚੇ ਨੂੰ ਨੋਚ ਰਿਹਾ ਸੀ ਦਾਦੇ ਦਾਦੀ ਨੇ ਬੱਚੇ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਬੱਚੇ ਨੂੰ ਨਹੀਂ ਬਚਾ ਸਕੇ ਸੋ ਕੁੱਤਿਆਂ ਦੇ ਕੈਰ ਦੇ ਕਾਰਨ ਬੱਚੇ ਦੀ ਜਾਨ ਦੋਸਤੋ ਜਿਹੜੀ ਚਲੀ ਗਈ ਆ ਦੁੱਖਦਾਈ ਖਬਰ ਆ ਬੱਚੇ ਦੀ ਆਤਮਿਕ ਸ਼ਾਂਤੀ ਲਈ ਕਮੈਂਟ ਸੈਕਸ਼ਨ 'ਚ ਵਾਹਿਗੁਰੂ ਜ਼ਰੂਰ ਲਿਖੋ ਧੰਨ